ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਅਦੇ ਹਾਂ ਜੀ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਬਨ ਨੇਸ਼ਨਾ ਬਨ ਇਲੈਕਸ਼ਨ ਤੇ ਰਕੇਸ਼ ਸ਼ਟਕੈਤ ਦਾ ਪ੍ਰਤੀਕਿਰਿਆ ਕਿਹਾ ਵਿਰੋਧੀ ਸਰਕਾਰ ਨੂੰ ਦੇਵਾਂਗੇ ਮਾਤ ਤਾਂ ਦੋਸਤੋ ਕੇਂਦਰ ਸਰਕਾਰ ਨੇ ਬਨ ਨੇਸ਼ਨ ਬਨ ਇਲੈਕਸ਼ਨ ਕਮੇਟੀ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਇਹ ਗੱਲ ਵਿਰੋਧੀ ਪਾਰਟੀਆਂ ਸਮੇਤ ਕਿਸਾਨ ਆਗੂਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਇਸ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਕੇਸ਼ ਸ਼ਟਕਾਇਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਵੀ ਕਿ ਜੋ ਆਗੂ ਰਕੇਸ਼ ਸ਼ਟਕਾਇਤ ਨੇ ਕਿਹਾ ਜਿਸ ਨੇ ਚੋਣ ਲੜਨੀ ਹੈ ਇਹ ਹਉਦੇ ਮਰਜ਼ਿਆ ਜੇ ਸਰਕਾਰ ਕੁਝ ਸਹੀ ਕਰੇਗੀ ਤਾਂ ਜਨਤਾ ਉਹਦੇ ਨਾਲ ਜਾਵੇਗੀ ਜੇ ਕਾਜ ਸਹੀ ਨਹੀਂ ਕੀਤਾ ਤਾਂ ਜਨਤਾ ਦੂਜੇ ਪਾਸੇ ਜਾਵੇਗੀ ਦੂਜੇ ਪਾਸੇ ਬਨ ਨੇਸ਼ਨ ਬਨ ਇਲੈਕਸ਼ਨ ਨੂੰ ਲੈ ਕੇ ਰਾਕੇਸ਼ ਛਟਕਾਤ ਨੇ ਕਿਹਾ ਉਹ ਰਾਸ਼ਟਰਪਤੀ ਨੂੰ ਜ਼ਿਆਦਾ ਸ਼ਕਤੀ ਦੇਣਗੇ ਅਤੇ ਜਿੱਥੇ ਵਿਰੋਧੀ ਧਿਰ ਸੱਤਾ ਦੇ ਵਿਚ ਹੋਵੇਗੀ ਉੱਥੇ ਸਰਕਾਰ ਨੂੰ ਮਾਤ ਦੇਣਗੇ ਵਿਰੋਧੀ ਧਿਰ ਦੇ ਸਰਕਾਰ 1 ਸਾਲ ਦੇ ਵਿੱਚ ਡਗ ਜਾਵੇਗੀ ਅਤੇ 4 ਸਾਲ ਦੇ ਲਈ ਰਾਸ਼ਟਰਪਤੀ ਸ਼ਾਸਨ ਲਾ ਕੇ ਇਸ ਉੱਤੇ ਰਾਜ ਕਰਾਂਗੇ ਅਗਲੀ ਖਬਰ ਪੰਜਾਬ ਦੇ ਲੋਕਾਂ ਨੂੰ ਜਲਦ ਹਮਸਪਰੀ ਗਰਮੀ ਤੋਂ ਮਿਲ ਸਕਦੀ ਹੈ ਰਾਹਤ ਜਾਣ ਮੌਸਮ ਵਿਭਾਗ ਦੇ ਤਾਜ਼ਾ ਭਵਿੱਖਬਾਣੀ ਮੀਂਹ ਦੀਆਂ ਬੂੰਦਾਂ ਤੇ ਓਡੇਕਾ ਲੰਬੇ ਸਮੇਂ ਤੋਂ ਹੁੰਦੇ ਆ ਰਹੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਹਮਸ ਅਤੇ ਗਰਮੀ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹਾਲਾਂਕਿ ਇਸ ਦੌਰਾਨ ਭਾਰਤੀ ਮੌਸਮਾਂ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਸਤੰਬਰ ਦੇ ਸ਼ੁਰੂ ਤੋਂ ਬੇਹੱਦ ਹਾਲੀ ਬਾਰਿਸ਼ਦਾਂ ਗਤੀਵਿਧੀਆਂ ਫਿਰ ਤੋਂ ਤੇਜ਼ ਹੋ ਸਕਦੀਆਂ ਹਨ ਮੀਡੀਆ ਰਿਪੋਰਟਾਂ ਦੇ ਮੰਨਣਯਾ ਤਾਂ ਮੌਸਮਾ ਵਿਭਾਗ ਦੇ ਮੁਤਾਬਕ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਹਾਲਾਂਕਿ ਦੋਸਤ ਅੰਬਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੌਨਸੂਨਾ ਸਰਗਰਮ ਹੋ ਸਕਦਾ ਹੈ ਜਿਸ ਤੋਂ ਬਾਅਦ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇਗੀ ਚੰਡੀਗੜ੍ਹ ਮੌਸਮਾ ਵਿਭਾਗ ਦਾ ਕਹਿਣਾ ਕਿ 4 ਸਤੰਬਰ ਤੋਂ ਪਹਿਲਾਂ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਤਿੰਨ ਦਿਨ ਤੱਕ ਬੱਦਲ ਛਾਈ ਰਹਿੰਦੇ ਦੀ ਸੰਭਾਵਨਾ ਹੈ ਪਰ ਮੀਂਹ ਨਹੀਂ ਪਵੇਗਾ ਉੱਤੇ ਹੀ 4 ਸਤੰਬਰ ਨੂੰ ਗਰਜਾ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਤਹਿ ਦੇ ਨਾਲ ਹੀ 5 ਦਿਨਾਂ ਤੱਕ ਪਾਰੇ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਫਾਜ਼ਲਕਾ ਵਿੱਚ ਆ ਟ੍ਰੇਨ ਦੇ ਲਪੇਟ ਵਿੱਚ ਆਇਆ ਵਿਅਕਤੀ ਹੋਈ ਮੌਤ ਤਾਂ ਦੋਸਤੋ ਫਾਜ਼ਲਕਾ ਦੇ ਵਿੱਚ ਟ੍ਰੇਨ ਹੇਠਾਂ ਆਉਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹਦੇ ਰਿਸ਼ਤੇਦਾਰ ਉਹਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਫਾਜ਼ਲਕਾ ਪਹੁੰਚੇ ਮ੍ਰਿਤਕ ਦੀ ਪਛਾਣ 27 ਸਾਲਾ ਜਸਵੰਤ ਸਿੰਘ ਵਾਸੀ ਪੈਂਡਾ ਫਤਿਹਗੜ੍ਹ ਵੱਜੇ ਹੋਈ ਹੈ ਮ੍ਰਿਤਕ ਦੇ ਪਰਿਵਾਰ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਆਪਣੇ ਸਹੁਰੇ ਰਹਿਣ ਦੇ ਲਈ ਫਾਜ਼ਲਕਾ ਆਇਆ ਹੋਇਆ ਸੀ ਮ੍ਰਿਤਕ ਦੇ ਮਾਨਸਿਕਾ ਹਾਲ ਤਾਂ ਠੀਕ ਨਹੀਂ ਸੀ ਇਸ ਕਾਰਨ ਉਹ ਅਕਸਰ ਘਰੋਂ ਦੂਰ ਚਲਾ ਜਾਂਦਾ ਸੀ ਇਸੇ ਦਿਨ ਵੀਰਵਾਰ ਰਾਤ ਕਰੀਬ 11 ਵਜੇ ਉਹ ਆਪਣੇ ਸਹੁਰੇ ਘਰੋਂ ਚਲਾ ਗਿਆ ਤੇ ਉਸ ਤੋਂ ਬਾਅਦ ਟ੍ਰੇਨ ਫਾਜ਼ਲਕਾ ਦੇ ਅੰਡਰ ਬ੍ਰਿਜ ਦੇ ਉੱਪਰੋਂ ਲਾਂਗ ਦੀ ਰੇਲਵੇ ਅਲਾਈਨ ਦੇ ਹੇਠਾਂ ਆ ਗਿਆ ਉਹਨਾਂ ਨੇ ਦੱਸਿਆ ਕਿ ਮਰ ਤੱਕ ਦੇ ਦੋ ਬੱਚੇ ਹਨ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ ਕਰੀਬ 5 ਸਾਲਾਂ ਤੇ ਦੂਜੇ ਦੀ ਉਮਰ ਕਰੀਬ 3 ਸਾਲ ਹੈ ਉਹਨਾਂ ਨੇ ਦੱਸਿਆ ਕਿ ਮਰ ਤੱਕ ਦੀ ਲਾਸ਼ ਨੂੰ ਰੇਲਵੇ ਪੁਲਿਸ ਨੇ ਪੋਸਟਮਾਰਟਮ ਲਈ ਸਬਲਾ ਸਪਤਾੜਾ ਲੈ ਆਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਵਿੱਚ ਲਾਊਡ ਸਪੀਕਰਾਂ ਨੇ ਬਾਹਰ ਤੋਂ ਆਰਕੈਸਟਰਾਂ ਤੇ ਦੂਜੀ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਸੰਬੰਧੀ ਦੇਸ਼ਾ ਨਿਰਦੇਸ਼ ਜਾਰੀ ਤਾਂ ਦੋਸਤੋ ਜਿਲ੍ਹਾ ਸੰਗਰੂਰ ਦੇ ਵਿੱਚ ਸ਼ੋਰ ਸ਼ਰਾਬਾ ਅਤੇ ਪ੍ਰਦੂਸ਼ਣ ਦੇ ਫਲ ਸ্বরূপ ਆਮ ਲੋਕਾਂ ਦੀ ਮਾਨਸਿਕਤਾ ਤੇ ਬੱਚਿਆਂ ਦੀ ਸਿਹਤ ਤੇ ਪਿੰਦੇ ਭੈੜੇ ਅਸਰ ਤੋਂ ਇਲਾਵਾ ਅਣਅਧਿਕਾਰਤ ਤੌਰ ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ ਕਾਰਨ ਉਤਪਨ ਹੋਣ ਵਾਲੀ ਸੰਭਾਵੀ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆ ਵਿਧੇਕ ਜਿਲ੍ਹਾ ਮੈਜਿਸਟ੍ਰੇਟ ਸੰਗਰੂਰਾ ਸ਼੍ਰੀ ਅਨਮੋਲ ਸਿੰਘਾ ਢਾਲੀਵਾਲ ਨੇ ਫੌਜਦਾਰੀ ਜਾਬਤਾ ਸੰਗਠਾ 1973 ਦੇ ਐਕਟ ਦੇ ਧਾਰਾ 144 ਦੇ ਅਧੇਨਾਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਲਾ ਸੰਗਰੂਰ ਦੇ ਵਿੱਚ ਲਾਊਡ ਸਪੀਕਰਾਂ ਨੇ ਬਾਰਤੋਂ ఆర్ਕੈਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣਾਂ ਪੈਦਾ ਕਰਨ ਵਾਲੇ ਯੰਤਰਾਂ ਦੇ ਬਾਰਤੋਂ ਸੰਬੰਧੀ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਅਗਲੀ ਖਬਰ ਗੁਰਦੁਆਰਾ ਤਾਹਨਾ ਸਹਿਬਾ ਵਿਖੇ ਮੱਥਾ ਟੇਕਣ ਜਾ ਰੀਆਂ ਦੋ ਔਰਤਾਂ ਦੀ ਹੋਈ ਮੌਤ। ਤਰਨਤਾਰਨ ਤੋਂ ਦੁਖਦਾਈ ਖਬਰ ਸਾਹਮਣੇ ਆਈਆ ਇਥੇ ਇੱਕ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਦੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਜਾਣਕਾਰ ਦੇ ਅਨੁਸਾਰ। ਦੋਵੇਂ ਔਰਤਾਂ ਪੈਂਡਾ ਲੋਹੂਜਾ ਤੋਂ ਗੁਰਦੁਆਰਾ ਟਹਿਣਾ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਿਹਾ ਸਨ ਜਿੱਥੇ ਟਰੱਕ ਅਤੇ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਅਤੇ ਦੋਵੇਂ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਇੱਕ ਔਰਤ ਦੀ ਪਛਾਣ ਮਨਪ੍ਰੀਤਾ ਕੌਰ 29 ਸਾਲਾ ਪਤਨੀ ਦਲਜੀਤ ਸਿੰਘਾ ਫੌਜੀ ਵਜੋਂ ਹੋਈ ਹੈ। ਮਨਪ੍ਰੀਤਾ ਕੌਰ ਦਾ ਇੱਕ 10 ਸਾਲ ਦਾ ਬੱਚਾ ਵੀ ਹੈ। ਦੂਜੀ ਮ੍ਰਿਤਕ ਔਰਤ ਦੀ ਪਛਾਣ ਅਮਨਦੀਪ ਕੌਰ 35 ਸਾਲਾ ਪਤਨੀ ਪਰਮਜੀਤ ਸਿੰਘ ਵਜੋਂ ਹੋਈ ਹੈ ਅਮਨਦੀਪ ਕੌਰ। ਦੋ ਬੱਚਿਆਂ ਦੇ ਮਾਂ ਸੇ ਐ ਸਦਰਾਨ ਮੌਕੇ ਤੇ ਪਹੁੰਚੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੁਮਾਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਤਰਨ ਤਰਨ ਭੇਜ ਦਿੱਤਾ ਹੈ ਸੀਐਮ ਮਾਨ ਨੇ ਪਟਵਾਰੀਆਂ ਦੇ ਹੱਕ ਦੇ ਵਿੱਚ ਚੈੱਕ ਕੀਤਾ ਵੱਡਾ ਐਲਾਨ 586 ਨਵੀਆਂ ਭਾਰਤੀਆਂ ਨੂੰ ਦਿੱਤੀ ਮਨਜ਼ੂਰੀ ਪਟਵਾਰੀਆਂ ਅਤੇ ਕਾਨੂੰਗਿਆਂ ਦੇ ਹੜਤਾਲ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ 586 ਪਟਵਾਰੀਆਂ ਦੀ ਨਵੀਂ ਭਾਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆ ਪਟਵਾਰੀਆਂ ਦੇ ਸਰਕਲ ਦੀ ਕੋਈ ਜਗ੍ਹਾ ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ ਸਿਆ ਮਾਨ ਨੇ ਕਹਿ ਕੇ 741 ਉਹ ਪਟਵਾਰੀ ਉਮੀਦਵਾਰ ਜੋ ਕਿ ਟ੍ਰੇਨਿੰਗ ਤੇ ਸਨ ਉਹਨਾਂ ਨੂੰ ਫੀਲਡ ਵਿੱਚ ਲੈ ਕੇ ਆ ਰਹੇ ਹਾਂ ਉਹਨਾਂ ਦੇ 15 ਮਹੀਨੇ ਦੀ ਟ੍ਰੇਨਿੰਗ ਸੀ ਜੋ ਕਿ ਹੁਣ ਸਿਰਫ 2 ਤੋਂ 3 ਮਹੀਨੇ ਦੀ ਬਚੀ ਹੈ ਉਹਨਾਂ ਨੂੰ ਟ੍ਰੇਨਿੰਗ ਤੋਂ ਫੀਲਡ ਵਿੱਚ ਲਿਆਂਦਾ ਜਾ ਰਿਹਾ ਦੱਸਦੇ ਕਿ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਪਟਵਾਰੀਆਂ ਦੇ ਹਾਜ਼ਰੀ ਬਾਇਓਮੈਟ੍ਰਿਕ ਤਰੀਕੇ ਦੇ ਨਾਲ ਕੀਤੇ ਜਾਵਗੇ 710 ਅਜਿਹੇ ਪੋਸਟਾ ਹਨ ਜਿਨ੍ਹਾਂ ਨੂੰ ਹਜੇ ਤੱਕ ਨਿਯੁਗਤ ਪੱਤਰ ਨਹੀਂ ਮਿਲੇ ਹਨ ਤੇ ਕੁਝ ਜ੍ਹਾ ਕਾਰਵਾਈ ਰਹਿੰਦੀ ਸੀ ਜਿਸ ਕਾਰਨ ਇਹ ਨਹੀਂ ਦਿੱਤੇ ਗਏ ਗ੍ਰਹਿ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਜਲਦ ਹੀ ਉਹਨਾਂ ਨੂੰ ਵੀ ਨਿਯੁਗਤ ਪੱਤਰ ਦਿੱਤੇ ਜਾਣਗੇ ਮਾਫਤਾ 'ਚ ਆਧਾਰ ਅਪਡੇਟ ਕਰਨ ਦੀ ਡੈਡਲਾਈਨ ਹੋ ਰਹੀ ਹੈ ਖਤਮ ਹੈ 7 ਤਰੀਕ ਤੋਂ ਪਹਿਲਾਂ ਕਰੋ ਇਹ ਜ਼ਰੂਰੀ ਕੰਮ ਭਾਰਤ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਆ ਬਣ ਗਿਆ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣ ਦੇ ਲਈ ਆਧਾਰ ਕਾਰਡ ਜ਼ਰੂਰੀ ਹੈ। ਅਜਿਹੇ ਵਿੱਚ ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੂੰ ਸਮੇਂ-ਸਮੇਂ ਤੇ ਆਧਾਰ ਵਿੱਚ ਦਰਜ ਜਾਣਕਾਰੀ ਨੂੰ ਅਪਡੇਟ ਕਰਨ ਦੇ ਲਈ ਕਹਿੰਦੇ ਰਹਿੰਦੇ ਹੈ। UIDAI ਨੇ ਕਰੋੜਾਂ ਆਧਾਰ ਅਪਭੋਗਤਾਵਾਂ ਦੇ ਵਿੱਚ ਆਧਾਰ ਅਪਡੇਟ ਨੂੰ ਅਤਿ ਸਹਾਇਤਾ ਕਰਨ ਦੇ ਲਈ ਮੁਆਫਤਾ ਆਧਾਰ ਅਪਡੇਟ ਦੀ ਸਹੂਲਤਾਂ ਸ਼ੁਰੂ ਕੀਤੀ ਉਸ ਤੋਂ ਪਹਿਲਾਂ UIDAI 14 ਜੂਨ ਤੱਕ ਆਧਾਰ ਨੂੰ ਮੁਆਫਤ ਅਪਡੇਟ ਕਰਨ ਦੇ ਸਹੂਲਤਾ ਪ੍ਰਦਾਨ ਕਰ ਰਿਹਾ ਹੈ ਤੇ ਜਿਸ ਨੂੰ ਬਾਅਦ ਵਿੱਚ ਤਿੰਨ ਮਹੀਨਾਵਾਂ ਦੇ ਲਈ 14 ਸਤੰਬਰ 2023 ਤੱਕ ਵਿਧਾ ਦਿੱਤਾ ਗਿਆ ਸੀ। ਅਜਿਹੇ ਵਿੱਚ ਜੇਕਰ ਤੁਸੀਂ ਵੀ ਬਿਨਾਂ ਕਿਸੇ ਫੀਸ ਦੇ ਆਧਾਰ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਆਖਰੀ ਮੌਕਾ ਹੈ। ਘਰ ਬਣਾਉਣਾ ਹੋਇਆ ਹੋਰ ਮਹਿੰਗਾ, ਸੀਮੈਂਟ ਦੀ ਬੋਰੀ ਦੀ ਕੀਮਤ ਵਿੱਚ ਹੋਇਆ ਇਹਨੇ ਰੁਪਏ ਦਾ ਵਾਧਾ ਕਾਰਬਨ ਆਣਾ ਹੁਣ ਹੋਰ ਵੀ ਮਹਿੰਗਾ ਹੋ ਗਿਆ ਸਰੀਰਾਂ ਕੀਮਤਾਂ ਦੇ ਵਿੱਚ ਬਾਅਦ ਦੇ ਤੋਂ ਬਾਅਦ ਹੁਣ ਸੀਮੈਂਟ ਦੀਆਂ ਕੀਮਤਾਂ ਵਿੱਚ ਅਚਾਨਕ 35 ਤੋਂ 40 ਰੁਪਏ ਪ੍ਰਤੀ ਬੋਰੀ ਦਾ ਵਾਧਾ ਕਰ ਦਿੱਤਾ ਗਿਆ ਹੈ ਇਸ ਕਾਰਨ ਰਿਟੇਲ ਦੇ ਵਿੱਚ ਸੀਮੈਂਟ ਦੀ ਕੀਮਤ 350 ਰੁਪਏ ਪ੍ਰਤੀ ਬੋਰੀ ਤੱਕ ਪੁੱਜ ਗਈਆਂ ਕੰਪਨੀਆਂ ਨੇ ਨਵੀਂ ਦਰ 1 ਸਤੰਬਰ ਤੋਂ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਕਾਰੋਬਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਵਾਧੇ ਦੇ ਲਈ ਸੀਮੈਂਟਾ ਕੰਪਨੀਆਂ ਨੇ ਮੌੜਾ ਘਟ ਜੋੜਾ ਕਰ ਲਿਆ ਤੇ ਉਤਪਾਦਨ ਲਗਤ ਵਿੱਚ ਜਾਂ ਵਾਧੇ ਤੇ ਮੰਗ ਦੇ ਵਿੱਚ ਤੇਜ਼ੀ ਦੇ ਨਾਤੇ ਸੀਮੈਂਟ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਨਾ ਬਾਜ਼ਾਰ ਸੀਮੈਂਟ ਦੀਆਂ ਕੀਮਤਾਂ ਦੇ ਵਿੱਚ ਐਸਾ ਤੇਜ਼ੀ ਨੂੰ ਬਿਲਕੁਲ ਵੀ ਸਪੋਰਟ ਨਹੀਂ ਕਰ ਰਿਹਾ ਹੈ ਕੀਮਤਾਂ ਦੇ ਵਿੱਚ ਜਾਂ ਵਾਧੇ ਨੂੰ ਦੇਖਦੇ ਹੋਏ ਖਪਤਕਾਰ ਵੀ ਇੰਨੇ ਦਿਨੀ ਖਰੀਦਦਾਰੀ ਤੋਂ ਥੋੜਾ ਪਿੱਛੇ ਹਟਣ ਲੱਗੇ ਹਨ ਤੇ ਕੀਮਤਾਂ ਦੇ ਵਿੱਚ ਗਰਾਵੜ ਦੀ ਉਡੀਕ ਕਰ ਰਹੇ ਹਨ ਸਰੀਰ ਦੀ ਕੀਮਤ ਵੀ ਇੰਨੇ ਦਿਨ 60000 ਰੁਪਏ ਪ੍ਰਤੀ ਟਨ ਤੋਂ ਪਾਰ ਹੋ ਗਈ ਹੈ ਪੰਜਾਬ ਚ ਆਪ ਕਾਂਗਰਸ ਇਕੱਠੇ ਲੜਨਗੇ ਚੋਣ ਹਰਪਾਲ ਚੀਮਾ ਤਾਂ ਦੋਸਤੋ ਪੂਰੇ ਭਾਰਤ ਵਿੱਚ ਜਾਂ ਕੇਂਦਰ ਦੇ ਮੁੱਦੇ ਤੇ ਸਰਕਾਰ ਵਿਰੁੱਧ ਇੱਕ ਗੜਜੋੜਾ ਬਣਾਇਆ ਗਿਆ ਸੀ ਜਿਸ ਨੂੰ ਨਾਮ ਦਿੱਤਾ ਸੀ ਇੰਡੀਆ ਹੁਣ ਕਈ ਵਿਰੋਧੀ ਸਿਆਸੀ ਪਾਰਟੀਆਂ ਵੀ ਇਕੱਠੀਆਂ ਕੰਮ ਕਰਨਗੀਆਂ ਇਸੇ ਸਬੰਧ ਵਿੱਚ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਸਮਾਗਮ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲ ਕੇ ਚੋਣਾਂ ਲੜਨਗੇ ਇਥੇ ਇਹ ਵੀ ਦੱਸ ਰਿਹਾ ਕਿ ਕੁਇਦਾਨਾ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਬਿਆਨ ਦਿੱਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਕਦੇ ਵੀ ਮਿਲ ਕੇ ਨਹੀਂ ਚੱਲ ਸਕਦੇ ਹੁਣ ਹੌਣ ਵਾਲਾ ਸਮਾਂ ਦੱਸੇਗਾ ਕਿ ਕੌਣ ਕਿਸ ਨਾਲ ਹੈ ਅਤੇ ਕੌਣ ਆਪਰੋਧ ਵਿੱਚ ਆ ਖੜਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਵਿੱਚ ਹੋ ਸਕਦੀਆਂ ਹਨ ਅਗਲੀ ਖਬਰ IOCL ਦੇ ਵਿੱਚ ਵੱਖ-ਵੱਖ ਸਾਮੀਆਂ ਦੇ ਨਿਕਲੇ ਭਾਰਤੀ 10 ਸਤੰਬਰ ਤੋਂ ਪਹਿਲਾਂ ਕਰੋ ਅਪਲਾਈ ਤਾਂ ਦੋਸਤੋ ਜੇਕਰ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ ਤੇ ਨੌਕਰੀ ਦੇ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਇੱਕ ਸਨੈਰੀ ਮੌਕਾ ਬਣ ਸਕਦੀ ਹੈ ਆਈਓਸੀਐਲ ਟੈਕਨੀਸ਼ੀਅਨ ਟਰੇਡ ਅਪਰੈਂਟਸ ਅਕਾਊਂਟ ਐਗਜ਼ੀਕਿਊਟਿਵ ਅਤੇ ਗ੍ਰੈਜੂਏਟ ਅਪਰੈਂਟਸ ਸਮੇਤ ਬਾਕਬਾਕ ਟਰੇਡਾਂ ਅਤੇ ਵੇਸ਼ਨ ਵਿੱਚ 490 ਅਪਰੈਂਟਸ ਦੀਆਂ ਅਸਾਮੀਆਂ ਦੇ ਲਈ ਆਨਲਾਈਨ ਐਪਲੀਕੇਸ਼ਨਾਂ ਖੁੱਲੀਆਂ ਗਈਆਂ ਹਨ ਤੋਂ ਸੇ 10 ਸਤੰਬਰ 2023 ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹੋ ਜੋਨ ਪ੍ਰਕਿਰਿਆ ਉਮੀਦਵਾਰਾਂ ਦੇ ਆਨਲਾਈਨ ਇਮਤਿਹਾਨ ਦੇ ਸਕੋਰਾਂ ਤੇ ਯੋਗਤਾ ਦੇ ਆਧਾਰ ਉੱਤੇ ਹੋਵੇਗੀ। ਆਨਲਾਈਨ ਇਮਤਿਹਾਨ ਵਿੱਚ 4 ਵਿਕਲਪਾਂ ਵਾਲੇ MCQ's ਹੋਣਗੇ ਤੇ ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਹਨਾਂ ਦੀ ਉਮਰ ਸੀਮਾ 18 ਤੋਂ 24 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਵੇਰਵਿਆਂ ਜਾਣਕਾਰੀ ਦੇ ਲਈ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਆ ਦੇਖ ਸਕਦੇ ਹੋ।